ਜਿਵੇਂ ਤੁਸੀਂ ਜਾਣਦੇ ਹੋ ਸੀ 5 ਜੂਨ ਦੀ ਸਵੇਰ ਨੂੰ ਪੁਲਿਸ ਨਕੋਦਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਦੀ ਪਿੰਡ ਪੈਂਦਾ ਉੱਗੀ ਚੌਂਕੀ ਦੇ ਵਿੱਚ ਜਿੱਥੇ ਇੱਕ ਮਰਡਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ FIR ਰਜਿਸਟਰ ਕੀਤੀ ਸੀ। ਇਹ FIR ਜਿਹੜੀ ਦਰਜ ਹੋਈ ਸੀ, ਇਹ ਜਿਹੜਾ ਮ੍ਰਿਤਕ ਸੀ ਉਹਦੇ ਬ੍ਰਦਰ ਤੇ ਦਰਜ ਕੀਤੀ ਗਈ ਸੀ ਕਿਉਂਕਿ ਉਹਦੇ ਬੇਟੇ ਨੇ ਦੇਖਿਆ ਸੀ ਕਿ ਉਹਦੇ ਪਿਤਾ ਨੂੰ ਉਸ ਉਹਦੇ ਬ੍ਰਦਰ ਵੱਲੋਂ ਕਿ ਚਾਚੇ ਵੱਲੋਂ ਕਿਵੇਂ ਉਹਦੇ ਮਰਡਰ ਕਰਕੇ ਅਤੇ ਉੱਥੋਂ ਫਰਾਰ ਹੋ ਗਿਆ ਸੀਗਾ। ਅਤੇ 8 ਤਰੀਕ ਨੂੰ ਪੁਲਿਸ ਨੇ ਜਿਹੜਾ ਅਕਿਊਜ਼ਡ ਆ ਉਹਨੂੰ ਬੱਸ ਅੱਡਾ ਜਿਹੜਾ ਕਾਲਾ ਸਿੰਘ ਆ ਉੱਥੋਂ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ ਮੁਕੱਦਮੇ ਨੂੰ ਟਰੇਸ ਕਰਨ 'ਚ ਸਫਲ ਹੋਈ। ਅਤੇ ਸਰ ਜਿਹੜਾ ਜੀ ਆਦੀ ਪਿੰਡ ਹੈ ਜੀ ਉੱਗੀ ਚੌਂਕੀ ਦੇ ਵਿੱਚ ਜਿੱਥੇ ਮਰਡਰ ਹੋਇਆ। ਅਤੇ ਸਰ ਜਿਹੜਾ ਹਥਿਆਰ ਇਹਨੇ ਯੂਜ਼ ਕੀਤਾ ਸੀ ਉਸ ਟਾਈਮ ਕਤਲ ਦੇ ਟਾਈਮ, ਉਹ ਵੀ ਕਾਬੂ ਹੋ ਗਿਆ? ਇਹ ਇਹਨੇ ਦਾਤਰ ਇਸਤੇਮਾਲ ਕੀਤੀ ਸੀਗੀ, ਉਹ ਵੀ ਅਸੀਂ ਇੱਥੋਂ ਰਿਕਵਰ ਕਰ ਲਈ। ਠੀਕ ਹੈ ਸਰ। Subscribe to our YouTube channel News DNN by clicking the bell icon. Don't forget to like, comment and share.